श्री सनातन धर्म सभा मेन मार्केट नंगल वालों बीते 51 साल तो शिव मंदिर मेन मार्केट विखे रामलीला का मंचन किया जाता है। तो हर साल की तरह इस बार भी श्री सनातन धर्म सभा ड्रामेटिक क्लब के वलों रामलीला का मंचन किया जा रहा है। तो क्लब के समुचे ही कलाकारों वालों मर्यादापूर्वक रामलीला का मंचन करते हुए भगवान श्री रामचंद्र जी की जीवनी दर्शाया जाता है। 1 तरीक तो शुरू हुई इस रामलीला का 12 तरीक न समापन होगा, जिथे विजयदशमी वाले दिन सरकारी सीनियर सैकेंडरी स्कूल नंगल लड़के के ग्राउंड के रावण और श्री रामचंद्र जी की सेना के होने वाले युद्ध को विखाया जाएगा। तो रावण की मौत होने उपरंत ग्राउंड के रावण कुंभकर्ण और मेघनाथ के पुतले भी जलाए जाएंगे। इस तो बाद 13 तरीक न भगवान श्री रामचंद्र जी का विजय तिलक किया जाएगा। क्लब के अहुदेदारा ने इस रामलीला वेखने पहुँचे सारे ही लोगों का विशेष तौर पर धन्यवाद किया है। वेखो नंगल सिटी अपडेट लई अविनाश शर्मा की रिपोर्ट। Thank you.
Thank you.
ਜਿਹੜੇ ਪ੍ਰਭੂ ਰਾਮ ਜੀ ਦੀ ਲੀਲਾ ਦਾ ਮੰਚਨ ਹੈ ਇਹ 1 ਅਕਤੂਬਰ ਤੋਂ ਸ੍ਰੀ ਸਨਾਤਨ ਧਰਮ ਡਰਾਮਾਟਿਕ ਕਲੱਬ ਸ਼ਿਵ ਮੰਦਿਰ ਮੇਨ ਮਾਰਕੀਟ ਵਿੱਚ ਸ਼ੁਰੂ ਹੋਇਆ ਸੀ। 1 ਤਰੀਕ ਤੋਂ ਲੈ ਕੇ 12 ਤਰੀਕ ਤੱਕ ਕੰਟੀਨਿਊ ਚੱਲੇਗਾ। 12 ਤਰੀਕ ਨੂੰ ਜਿਹੜਾ ਵਿਜੇ ਦਸ਼ਮੀ ਦੁਸ਼ਹਿਰਾ ਹੈ ਉਸ ਦਿਨ ਰਾਵਣ ਮੇਘਨਾਥ ਦਾ ਜਿਹੜਾ ਵੱਧ ਹੈ ਅਸੀਂ ਦੁਸ਼ਹਿਰਾ ਗਰਾਊਂਡ ਵਿੱਚ ਗੌਰਮੈਂਟ ਹਾਈ ਸਕੂਲ ਵਿੱਚ ਦਿਖਾਵਾਂਗੇ। ਅਤੇ 13 ਤਰੀਕ ਨੂੰ ਇੱਥੇ ਪ੍ਰਭੂ ਰਾਮ ਜੀ ਨੂੰ ਰਾਜ ਤਿਲਕ ਹੋਏਗਾ, ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੋਏਗਾ। 1 ਤਰੀਕ ਤੋਂ ਲੈ ਕੇ 13 ਤਰੀਕ ਤੱਕ ਜਿਹੜਾ ਇਹ ਸਾਰਾ ਕਾਰਿਆਕ੍ਰਮ ਸ਼੍ਰੀ ਸਨਾਤਨ ਧਰਮ ਡਰਾਮਾਟਿਕ ਕਲੱਬ ਵੱਲੋਂ ਚੱਲੇਗਾ। ਪੂਰੀ ਮਰਿਆਦਾ ਪੂਰਵਕ ਪ੍ਰਭੂ ਰਾਮ ਦੀ ਲੀਲਾ ਦਾ ਮੰਚਨ ਦਿਖਾਇਆ ਜਾਏਗਾ। ਅੱਜ ਤੀਸਰਾ ਦਿਨ ਸੀ, ਤਾੜਕਾ ਪਦ ਦਾ ਦ੍ਰਿਸ਼ ਜਿਹੜਾ ਹੈ ਸਨਾਤਨ ਧਰਮ ਡਰਾਮਾਟਿਕ ਕਲੱਬ ਦੇ ਕਲਾਕਾਰਾਂ ਵੱਲੋਂ ਦਿਖਾਇਆ ਗਿਆ। ਰਾਜੀਵ ਕੁੱਟੂ ਜੀ ਨੇ ਤਾੜਕਾ ਦਾ ਰੋਲ ਪਲੇ ਕੀਤਾ ਔਰ ਰਾਮ ਦੇ ਰੋਲ ਵਿੱਚ ਸ਼੍ਰੀ ਲਾਡੀ ਜੀ, ਲਕਸ਼ਮਣ ਦੇ ਰੋਲ ਵਿੱਚ ਸ਼੍ਰੀ ਰਾਜੂ ਭੱਟੀ ਜੀ ਸੀ ਔਰ ਸਾਰੀ ਜਿਹੜੀ ਜਨਤਾ ਹੈ, ਜਿਹੜੇ ਭਗਤ ਹੈ ਉਹਨਾਂ ਵਿੱਚ ਵੀ ਬਹੁਤ ਉਤਸ਼ਾਹ ਹੈ। ਪਿਛਲੇ 5-7 ਸਾਲਾਂ ਤੋਂ ਦੇਖਿਆ ਜਾ ਰਿਹਾ ਕਿ ਰਾਮਲੀਲਾ ਦਾ ਜਿਹੜਾ ਮੁੜ ਕੇ ਜਿਹੜਾ ਇੱਕ ਟ੍ਰੈਂਡ ਹੈ ਉਹ ਸ਼ੁਰੂ ਹੋਇਆ ਹੈ, ਲੋਕ ਪੰਡਾਲ ਦੇ ਵਿੱਚ ਆਉਣੇ ਸ਼ੁਰੂ ਹੋਏ ਆ। ਅਸੀਂ ਜਨਤਾ ਦਾ, ਰਾਮ ਭਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਇਸ ਦੇ ਨਾਲ ਜਿਹੜੀ ਰਮਾਇਣ ਹੈ ਉਹ ਘਰ ਘਰ ਵਿੱਚ ਪਹੁੰਚ ਰਹੀ ਹੈ, ਸਨਾਤਨ ਦਾ ਪ੍ਰਚਾਰ ਹੋ ਰਿਹਾ। ਅਸੀਂ ਕਿੰਨੇ ਸਾਲ ਤੋਂ ਚੱਲਦੀ ਆ ਰਹੀ ਇੱਥੇ ਰਾਮਲੀਲਾ? ਸਾਡਾ 51ਵਾਂ ਸਾਲ ਹੈ ਸਨਾਤਨ ਧਰਮ ਡਰਾਮਾਟਿਕ ਕਲੱਬ ਦਾ ਇਸ ਪ੍ਰਾਂਗਣ ਦੇ ਵਿੱਚ ਰਾਮਲੀਲਾ ਕਰਦੇ ਹਨ। ਪਿਛਲੇ 51 ਸਾਲਾਂ ਤੋਂ ਨਿਰੰਤਰ ਜਿਹੜਾ ਹੈ ਇਹ ਕਲੱਬ ਪ੍ਰਭੂ ਰਾਮ ਜੀ ਦੀ ਲੀਲਾ ਦਾ ਮੰਚਨ ਕਰ ਰਿਹਾ। ਸਾਡੇ ਇਹਦੇ ਵਿੱਚ ਨਰਿੰਦਰ ਪ੍ਰਭਾਕਰ ਜੀ ਇਸ ਟਾਈਮ ਜਿਹੜੇ ਪ੍ਰੈਜੈਂਟ ਪ੍ਰੈਜੀਡੈਂਟ ਨੇ, ਮੁਕੇਸ਼ ਜੀ ਜਿਹੜੇ ਹੈ ਇਸ ਕਲੱਬ ਦੇ ਜਨਰਲ ਸੈਕਟਰੀ ਨੇ ਔਰ ਵਿਪਨ ਸ਼ਰਮਾ ਜੀ ਜੋ ਹੈ ਇਹ ਸਾਰੀ ਰਾਮਲੀਲਾ ਨੂੰ ਡਾਇਰੈਕਟ ਕਰਦੇ ਨੇ। ਹਰਨੇਕ ਕਾਲੀਆ ਜੀ ਦੀ ਚੇਅਰਮੈਨਸ਼ਿਪ ਦੇ ਵਿੱਚ ਇਹ ਸਾਰਾ ਕਲੱਬ ਜਿਹੜਾ ਹੈ ਇੱਕਜੁੱਟ ਹੋ ਕੇ ਪਰਿਵਾਰ ਦੇ ਤੌਰ 'ਤੇ ਕੰਮ ਕਰ ਰਿਹਾ ਔਰ ਪ੍ਰਭੂ ਰਾਮ ਜੀ ਦੀ ਸੇਵਾ ਦੇ ਵਿੱਚ ਲੱਗ ਰਿਹਾ। ਠੀਕ ਹੈ, ਧੰਨਵਾਦ, ਜੈ ਸ਼੍ਰੀ।